ਅੰਮ੍ਰਿਤਸਰ ਚ ਰਾਣੀ ਝਾਂਸੀ ਸੋਸਾਇਟੀ ਦੇ ਵੱਲੋਂ ਮਹਾਰਾਣੀ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਬਲੀਦਾਨ ਦਿਵਸ ਦੇ ਮੌਕੇ ਪੇਂਟਿੰਗ ਪ੍ਰਤੀਯੋਗਿਤਾ ਡੀਏਵੀ ਸਕੂਲ ਹਾਥੀ ਗੇਟ ਵੱਲੋਂ ਕਰਵਾਈ ਗਈ, ਜਿਸ ਚ 25 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਕਲਾ ਦਿਖਾਈ। ਇਹ ਕੰਪੀਟੀਸ਼ਨ ਦੇ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਇੱਕ ਤਾਂ ਦੇਸ਼ ਦੇ ਲਈ ਜਿਹੜੀ ਪੈਟਰੀਓਟਿਜ਼ਮ ਜਿਹਨੂੰ ਆਪਾਂ ਕਹਿੰਦੇ ਦੇਸ਼ ਭਗਤੀ, ਉਹ ਬੱਚਿਆਂ 'ਚ ਜਗਦੀ ਹੈ। ਆਪਣੇ ਦੇਸ਼ ਨੂੰ ਇਕੱਠਾ ਰੱਖਣ ਲਈ ਇਹਦੇ 'ਚ ਬੜਾ ਬਹੁਤ ਵਧੀਆ ਯੋਗਦਾਨ ਹੈਗਾ। ਅਤੇ ਤੀਜਾ, ਬੱਚਿਆਂ 'ਚ ਆਪਸ ਦੇ ਵਿੱਚ ਇੱਕ ਹੈਲਦੀ ਕੰਪੀਟੀਸ਼ਨ ਡਿਵੈਲਪ ਹੁੰਦਾ, ਜਿਹਦੇ ਨਾਲ ਉਹਨਾਂ ਦਾ ਮਾਨਸਿਕ ਜਿਹੜਾ ਡਿਵੈਲਪਮੈਂਟ ਵੀ ਹੁੰਦਾ। ਫਿਊਚਰ 'ਚ ਬਹੁਤ ਬੈਨੀਫਿਟ ਹੋਏਗਾ, ਆਪਣੀ ਜਿਹੜੇ ਦੇਸ਼ ਨੂੰ ਇਕੱਠੇ ਰੱਖਣ ਲਈ, ਏਕਤਾ ਲਈ ਇਹਦਾ ਬਹੁਤ ਵੱਡਾ ਸਹਿਯੋਗ ਹੋਏਗਾ। 25 ਸਕੂਲਾਂ ਦੇ ਬੱਚੇ ਆਏ ਹੈ, ਡੀਏਵੀ ਦੇ ਵਿੱਚ ਸਾਨੂੰ ਆਸ਼ਰਯ ਮਿਲਿਆ ਔਰ ਸਾਡਾ ਇੱਕ ਨਵਾਂ ਅਧਿਕਾਰੀ, ਮੈਂ ਕਹਿੰਦੀ ਹੁੰਦੀ ਹਾਂ ਚੜ੍ਹਦੇ ਸੂਰਜ ਤੋਂ ਬਹੁਤ ਉਮੀਦਾਂ ਹੁੰਦੀਆਂ, ਇਹ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਔਰ ਬੱਚਿਆਂ ਨੂੰ ਇਹ ਵੀ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦਾ ਵੀ ਪਾਲਣ ਕਰੋ ਤਾਂ ਕਿ ਐਕਸੀਡੈਂਟ ਟਲ ਸਕਣ, ਜ਼ਿੰਦਗੀ ਚੰਗੀ ਹੋ ਸਕੇ। ਔਰ ਮੈਂ ਅੰਮ੍ਰਿਤਸਰ ਸ਼ਹਿਰ ਦੇ ਤੁਹਾਡਾ ਸਾਰਾ ਮੀਡੀਆ ਦੇ ਅਧਿਕਾਰੀਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਸਾਡਾ ਸੰਦੇਸ਼ ਲੈ ਕੇ ਜਾਂਦੇ ਹੋ। ਰਾਣੀ ਝਾਂਸੀ ਔਰ ਮਦਨ ਲਾਲ ਢੀਂਗਰਾ, ਇਹਨਾਂ ਦੋਵਾਂ ਨੂੰ ਲੈ ਕੇ ਬਾਕੀ ਸਾਰੇ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਮੰਗਲ ਪਾਂਡੇ ਨੂੰ ਕਰਦੇ ਹਾਂ, ਊਧਮ ਸਿੰਘ ਜੀ ਨੂੰ ਕਰਦੇ ਹਾਂ, ਭਗਤ ਸਿੰਘ ਨੂੰ ਕਰਦੇ ਹਾਂ, ਇਸ ਤਰ੍ਹਾਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ। ਮੇਰੀ ਕੋਈ ਕਾਮਨਾ ਹੈ ਕਿ ਜਿਹੜੇ ਬੱਚੇ ਮੇਰੇ ਸਾਹਮਣੇ ਬੈਠੇ ਹੈ, ਇਹਨਾਂ 'ਚੋਂ ਵੀ ਇਹੋ ਜਿਹੇ ਮਹਾਨ ਬੱਚੇ ਭਾਰਤ ਮਾਤਾ ਨੂੰ ਮਿਲਣ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।